ਕਮਾਈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਹੋਏ ਗੁਰੀ ਦੇ ਘਰੇ ਬੈਠਾ ਗਾ ਮੇਰੇ ਵੀਰੋ ਟਾਹਰ ਨਾ ਕੁਰਸੀ ਤੇ ਤੇ ਤੁਸੀਂ ਦੇਖ ਸਕਦੇ ਹੋ ਤੇ ਇਧਰ ਚਾਚਾ ਮੈਨੂੰ ਛੱਡਣ ਆਇਆ ਸੀਗਾ ਤੇ ਮੈਂ ਲੈ ਕੇ ਜਾਣਾ ਆਪਣਾ ਵੱਡਾ ਜਾਉਂਡੀਅਰ ਤੇ ਇਹਦੇ ਉੱਤੇ ਟੇਪ ਟੂਪੀ ਕਰਾ ਕੇ ਲਿਆਉਣੀ ਆ ਉਹ ਤੁਹਾਨੂੰ ਅੱਜ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਬਾਕੀ ਐਂਡ ਤੱਕ ਦੇਖਿਓ ਵਲੌਗ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਕੀ ਕਰਦਾ ਸੀ ਚੱਕ ਦੇ ਚੱਕ ਦੇ ਚੱਕ ਦੇ ਰੇਸਦੀ ਚਾਚਾ ਰੇਸਦੀ ਉਹ ਤੇ ਲੱਗੂ ਜਾ ਕੇ ਕੰਧ ਚ ਹੋਰ ਫਿਰ ਬਾਈ ਜੀ ਅੱਜ ਚੱਲੀਏ ਫਿਰ ਆਪਾਂ ਕਰਾ ਕੇ ਲਈ ਟੇਪ ਤੂੰ ਜਾਏ ਕੱਲਾ ਮੈਂ ਕਿੱਥੇ ਜਾਊ ਆ ਚੱਲੀਏ ਆ ਜਾ ਕੰਮ ਕੀ ਕਰਨਾ ਤੈਨੂੰ ਘਰੇ ਨੀ ਹੈ ਕੋਈ ਘਰੇ ਹੈ ਨੀ ਆਪਾਂ ਚੱਲੀਏ ਚਲੋ ਕੋਈ ਨਾ ਮੈਨੂੰ ਜਾਣਾ ਪੈਣਾ ਘੁਮਾ ਦੇ ਪੈਰ ਲਾ ਕੇ ਦੂਜੇ ਰੋਡ ਘੁਮਾ ਦੇ ਢਿੱਲ ਜਾ ਯਾਰ ਲੈ ਉਹ ਦੇਖੀ 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 ਗਈ ਆਪਣਾ ਟਰੈਕਟਰ 54.5 ਤੇ ਇਹ ਆਪਣਾ ਵੱਡਾ ਜਾਉਂਡੀਅਰ ਤੇ ਇਹਦੇ ਟੇਪ ਜੀ ਕਰਾਉਣੀ ਦੇਖੋ ਤੁਸੀਂ ਕਾਫੀ ਖਰਾਬ ਜੀ ਹੋਈ ਵੀ ਆ ਤੇ ਇਥੋਂ ਵੀ ਇਹ ਸਾਰੀ ਅੱਜ ਸੈੱਟ ਕਰਾਵਾਂਗੇ ਹੈ ਇੱਥੇ ਨੀ ਤੇਰਾ ਨਾਮ ਆ ਦੇ ਉਰੇ ਲਿਖਾਵਾਂਗੇ ਵੱਡਾ ਫਿਰ ਉਹ ਵੱਡਾ ਉਰੇ ਲਿਖਾਵਾਂਗੇ ਉਰੇ ਨੀ ਲਿਖਾਉਂਦੇ ਉਰੇ ਲਿਖਾਵਾਂਗੇ ਹਾਂ ਇਹ ਲਾ ਕੇ ਇੱਥੇ ਜਿਹੜਾ ਉਹ ਨੇਮ ਪਲੇਟ ਹੁੰਦੀ ਆ ਉਹ ਲਾਵਾਂਗੇ ਤੇ ਇਹਦੇ ਪ੍ਰੋਜੈਕਟਰ ਦੇਖ ਸਕਦੇ ਤੁਸੀਂ ਵਿੱਚੋਂ ਗੰਦੇ ਹੋ ਗਏ ਵਿੱਚੋਂ ਸਾਫ਼ ਕਰਨ ਵਾਲੇ ਨੇ ਚਲੋ ਜੀ ਹੁਣ ਇਹਨੂੰ ਲੈ ਕੇ ਚੱਲਦੇ ਹਾਂ ਪ੍ਰੋਜੈਕਟਰ ਨੂੰ ਤੇ ਸਟੀਕਰ ਜੇ ਲਵਾ ਕੇ ਲਿਆਉਂਦੇ ਹਾਂ ਤੇ ਦੇਖੋ ਬਸ ਚੱਲਦੇ ਹਾਂ ਕਿਹੜਾ ਫੋਨ ਲਾ ਲਈਏ ਮਾੜਾ ਜਿਹਾ ਫੋਨ ਕਰਕੇ ਪੁੱਛ ਲਈ ਆਪਣੇ ਟੇਪ ਵਾਲੇ ਬਾਈ ਨੂੰ ਵੀ ਅੱਜ ਦੁਕਾਨ ਤੇ ਹੀ ਆਵੇ ਆ ਜਾਈਏ ਤੇ ਜੀ ਆਪਾਂ ਆਪਣੇ ਪਹੁੰਚ ਗਏ ਸੀਗੇ ਦੀ ਪਾਰਟਸ ਸੰਦੌੜ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਨਾ ਟੇਪ ਜੀ ਲਊਗੀ ਤੇ ਸਾਰੀ ਨਵੀਂ ਹੋ ਗਈ ਹੈ ਖਰਾਬ ਜੀ ਹੋਈ ਪੀਸੀ ਆ ਦੇਖੋ ਤੁਸੀਂ ਉਰੇ ਵੀ ਟੋਟੇ ਲਾ ਕੇ ਸਾਰਿਆ ਹੋਇਆ ਸੀਗਾ ਤੇ ਬਾਕੀ ਸਾਰਾ ਅੱਜ ਕੰਮ ਜਿਹਾ ਤਾਂ ਕਰਾਂਗੇ ਤੇ ਆਹ ਵੀ ਆਹ ਲਹਾ ਕੇ ਜਾਣੀ ਕਿ ਉਰੇ ਆਪਾਂ ਜੋਰਡਨ ਦੇ ਲੋਗੋ ਲਵਾਵਾਂਗੇ ਜਿਹੜੇ ਆਪਣੇ ਐਡਿਟਰ ਦੇ ਲੱਗੇ ਹੋਏ ਸੋਹਣੇ ਲਾਦੇ ਆ ਆਹ ਲੈ ਜਾਣਗੇ ਬਾਈ ਹਾਂ ਇਹ ਵੀ ਲੈ ਜਾਣਗੇ ਨਾਲੇ ਬਕਸੇ ਤੇ ਪਿੱਛੇ ਲਾਉਣੀ ਆ ਤੇ ਇੱਕ ਆਹ ਪ੍ਰੋਜੈਕਟਰ ਜਾਂ 3M ਟੇਪ ਨਾਲ ਲਾ ਦਾਂਗੇ ਤੇ ਬਾਕੀ ਹੋਰ ਵੀ ਦੇਖਾਂਗੇ ਜੇ ਕਿਤੇ ਕੁਛ ਕਰਨਾ ਹੋਊਗਾ ਇੱਕ ਆਹ ਵੀ ਸਮੋਕ ਕਰਨੀਆਂ ਲਾਈਟਾਂ ਤੇ ਬਸ ਆਹੀ ਕਰਨਾ ਆਪਾਂ ਕੰਮ ਤੇ ਉਹ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਪਹਿਲਾਂ ਟੇਪ ਲਹੂਗੀ ਫਿਰ ਇੱਥੇ ਟੇਪ ਨਵੀਂ ਹੋਊਗੀ ਉਸ ਤੋਂ ਬਾਅਦ ਤੇ ਆਪਾਂ ਪਲੇਟ ਲਵਾਵਾਂਗੇ ਤੇ ਜਿੱਦਾਂ ਆਪਣੇ ਆਪਦੇ ਬੰਪਰ ਬਣਿਆ ਹੋਇਆ ਉਦਾਂ ਹੀ ਸੇਮ ਬਣਾਵਾਂਗੇ ਤੇ ਇਹ ਕਹਿੰਦੇ ਵੀ ਹਨਾ ਲੈਂਦੀ ਨੀਗੀ ਇਹ ਹੀਟ ਨਾਲ ਹੁਣ ਲਾਉਣੀ ਪਊਗੀ ਇਹ ਕੀ ਹਿਸਾਬ ਕਿਤਾਬ ਹੁੰਦਾ ਇਹਦਾ ਤਾਂ ਕਰਕੇ ਔਖੀ ਲੈਂਦੀ ਆ ਸਾਲ ਹੋਣ ਵਾਲਾ ਸਾਲ ਤਾਂ ਨੀ ਮਤਲਬ ਵੀ ਹੋਣ ਵਾਲਾ ਹੋਊ ਯਾਰ ਸਾਲ ਮੈਨੂੰ ਲੱਗਦਾ ਤੇ ਬਾਬੇ ਤੁਸੀਂ ਦੇਖ ਸਕਦੇ ਹੋ ਟੇਪ ਲੈ ਗਈ ਬੰਪਰ ਤੋਂ ਤੇ ਆਪਣਾ ਓਰੀਜਨਲ ਪੇਂਟ ਨਿਕਲਿਆ ਹੈ ਜਿਹੜਾ ਕਿ ਸੀਗਾ ਯੈਲੋ ਤੇ ਇਹਦੇ ਤੇ ਨਾ ਪੇਂਟ ਮਤਲਬ ਵੀ ਲੈ ਹੀ ਜਾਂਦਾ ਬੰਪਰ ਤੋਂ ਇੰਨਾ ਵਧੀਆ ਪੇਂਟ ਨਹੀਂ ਕੰਪਨੀ ਵਾਲੇ ਕਰਕੇ ਦਿੰਦੇ ਹੈਗੇ ਹਾਂ ਇਹ ਤੇ ਹੁਣ ਥੋੜਾ ਥੋੜਾ ਰੇਕ ਮਾਰ ਫੇਰ ਦਾਂਗੇ ਫਿਰ ਮਤਲਬ ਵੀ ਰੇਕ ਮਾਰ ਕੇ ਫੇਰਾਂਗੇ ਵੈਸੇ ਆਪਾਂ ਅੱਛਾ ਇਹ ਕਹਿੰਦਾ ਵੀ ਜਿਹੜਾ ਉੱਚਾ ਨੀਵਾਂ ਗਾ ਉਹ ਪਲੇਨ ਹੋ ਜੂਗਾ ਓਕੇ ਜਿਹੜੇ ਟੇਪ ਚ ਦਾਣੇ ਹੁੰਦੇ ਆ ਕਿ ਰੇਕ ਮਾਰ ਮਾਰਨ ਨਾਲ ਉਹ ਨਹੀਂ ਦਿਸਣਗੇ ਤੇ ਹੁਣ ਮਾਰਦੇ ਆ ਰੇਕ ਮਾਰ ਵਧੀਆ ਤਰੀਕੇ ਨਾਲ ਸਾਫ਼ ਜਾਊਗਾ ਤੇ ਆਹ ਦੇਖ ਲਓ ਜੀ ਆਪਣਾ ਰੇਕ ਮਾਰ ਵੱਜ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਪੂਰੀ ਸਫਾਈ ਮਤਲਬ ਵੀ ਪੱਧਰ ਜਿਹਾ ਹੋ ਜੂਗਾ ਸਾਰਾ ਤੇ ਹੁਣ ਬਾਈ ਹੁਣੀ ਕੱਪੜਾ ਮਾਰਨਗੇ ਯਾਨੀ ਕਿ ਪੂਰਾ ਵਧੀਆ ਕੰਮ ਕਰਦੇ ਆ ਤੇ ਜਿਹੜਾ ਆਪਾਂ ਬੰਪਰ ਟੇਪ ਕਰਨਾ ਗਾ ਜਿਹੜਾ ਨਾ ਆਪਣਾ ਬੰਪਰ ਤੇ ਹੁਣ ਟੇਪ ਹੋਣੀ ਆ ਕੱਟੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਵੀ ਇਹ ਆਪਣੀ ਸਾਰੀ ਇੱਕ 1 ਪੀਸ ਚ ਲੱਗਣੀ ਹੈਗੀ ਤੇ ਯਾਨੀ ਕਿ ਇਹਦੇ ਚ ਕੋਈ ਕੱਟ ਨਹੀਂ ਪੈਣਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਸਾਰੀ 1 ਪੀਸ ਚ ਲੱਗਣਾ ਗਾ ਹੁਣ ਤੇ ਯਾਨੀ ਕਿ ਉਤਲਾ ਪੀਸ ਤਾਂ ਹੁਣ ਕੱਟ ਵੀ ਨਹੀਂ ਸਕਦੇ ਤਾਂ ਅਲੱਗ ਤੋਂ ਆਊਗਾ ਵੀ ਜਿਹੜਾ ਮੂਰੇ ਮੂਰੇ ਲਾਉਣਾ ਉਹ ਸਾਰਾ ਆਪਣਾ 1 ਪੀਸ ਆਊਗਾ ਦੇਖ ਤੁਸੀਂ ਇਹ ਮੋੜ ਕੇ ਲੱਗੂਗੀ ਆਪਣੀ ਟੇਪ ਉਰੇ ਦੋਨੇ ਸਾਈਡ ਤੇ ਲਾ ਦੋ ਜੀ ਫਿਰ ਚੱਕ ਦੋ ਗਰਾਂ ਕੰਮ ਤੇ ਆਪਣੀ ਟੇਪ ਹੁਣ ਲੱਗ ਰਹੀ ਹੈ ਤੇ ਤੁਸੀਂ ਟਾਈਮ ਲੈਪਸ ਇੰਜੋਏ ਕਰੋ ਟੇਪ ਬਾਈ ਹੁਣਾਂ ਨੇ ਉੱਪਰ ਨੂੰ ਮੋੜ ਕੇ ਹੁਣ ਉੱਤੋਂ ਕਟਿੰਗ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਚੈੱਕ ਕਰ ਲਓ ਤੇ ਆਪਣੀ ਮੈਟ ਬਲੈਕ ਟੇਪ ਹੋ ਚੁੱਕੀ ਆ ਪਰੇ ਹੋਈ ਮਾੜਾ ਜਿਹਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਉੱਪਰਲੇ ਸਾਈਡ ਹੁਣ ਆਪਣਾ ਇੱਕ ਹੋਰ ਪੀਸ ਲੱਗੂਗਾ ਤੇ ਫਿਰ ਉਸ ਤੋਂ ਬਾਅਦ ਯਾਨੀ ਕਿ ਸਾਰਾ ਮੈਟ ਬਲੈਕ ਹੋ ਜੂਗਾ ਆਪਣਾ ਬੰਪਰ ਤੇ ਹੁਣ ਆਪਣੇ ਬਕਸਾ ਸਾਫ਼ ਹੁੰਦਾ ਗਾ ਇਹਦੇ ਤੇ ਵੀ ਯਾਨੀ ਕਿ ਹੁਣ ਸਟਿੱਕਰ ਲੱਗੂਗਾ ਇਹਤੇ ਆਪਾਂ ਹੁਣ ਕੀ ਲਾਉਣਾ ਗਾ ਉਹ ਲਾਉਣੇ ਮਾਲਵਾ ਬਲੌਗ ਨਾਲ ਲਾ ਦਈਏ ਹਾਂ ਉਹ ਸੋਹਣਾ ਲੱਗੂ ਸਾਈਡ ਤੇ ਲਾ ਦਾਂਗੇ ਤੇ ਬਾਈ ਹੁਣਾਂ ਨੇ ਪਾਣੀ ਮਾਰ ਕੇ ਜਾਣੀ ਕਿ ਹੁਣ ਸਾਫ਼ ਕਰਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਹੀਟ ਮਾਰ ਕੇ ਪਾਣੀ ਸੁਕਾਉਣ ਲੱਗੇ ਹੋਏ ਆ ਤੇ ਤੁਸੀਂ ਆਹ ਦੇਖ ਸਕਦੇ ਹੋ ਕਿ ਵੀ ਨਾ ਬਕਸ ਦੇ ਵਿੱਚ ਆਪਣੇ ਮੈਟ ਬਲੈਕ ਟੇਪ ਹੋ ਰਹੀ ਆ ਇਹ ਕਿਉਂ ਹੋ ਰਹੀ ਆ ਕਿਉਂਕਿ ਨਾ ਤੇ ਸਨਮੈਕਾ ਲੱਗਿਆ ਹੋਇਆ ਗਾ ਇਹ ਥੋੜਾ ਸ਼ਾਈਨਿੰਗ ਚਾਹ ਤੇ ਆਪਾਂ ਨੂੰ ਮੈਟ ਬਲੈਕ ਚਾਹੀਦਾ ਸੀਗਾ ਤੇ ਹੁਣ ਮੈਟ ਬਲੈਕ ਸੋਹਣਾ ਲੱਗਦਾ
ਤੇ ਆਪਾਂ ਆਪਣੀ ਮੂਹਰਲੇ ਲੱਟਾਂ ਦੇ ਟਾਪੇ ਜੇ ਖੋਲ ਲਏ ਸੀਗੇ ਤੇ ਉਹਨਾਂ ਤੇ ਹੁਣ ਸਮੋਕ ਟਿਪ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਇਹਨਾਂ ਦੇ ਸਾਈਡਾਂ ਤੇ ਵੀ ਕਟਿੰਗ ਬਾਅਦ ਚੋਂ ਕਰਕੇ ਹੋਊਗੀ ਤੇ ਇਹ ਕਰਾ ਕੇ ਤੇ ਫਿਰ ਆਪਾਂ ਹੁਣ ਜਿਹੜਾ ਬਾਕੀ ਕੰਮ ਰਹਿ ਗਿਆ ਉਹ ਆਪਾਂ ਕੱਲ ਨੂੰ ਕਰਾਵਾਂਗੇ ਕਿਉਂਕਿ ਨਾ ਮੈਨੂੰ ਇੱਕ ਕੰਮ ਪੈ ਗਿਆ ਜ਼ਰੂਰੀ ਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਹਨਾ ਤੇ ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਸੀਗਾ ਤੇ ਹੁਣ ਮੈਨੂੰ ਜਾਣਾ ਪੈਣਾ ਗਾ ਤੇ ਉਹ ਕੰਮ ਵੀ ਤੁਹਾਨੂੰ ਦਿਖਾਵਾਂ ਇਹ ਕੀ ਹੈਗਾ ਤੇ ਉਹਨੂੰ ਉੱਥੋਂ ਲੈ ਕੇ ਚੱਲਾਂਗੇ ਆਪਣਾ ਟਰੈਕਟਰ ਲੈ ਕੇ ਜਾਣਾ ਆਪਾਂ ਕਿਤੇ ਤੇ ਸਾਰੀ ਗੱਲ ਦੱਸੂਗਾ ਪਹਿਲਾਂ ਆਪਾਂ ਕੰਮ ਕਰਾ ਲਈਏ ਫਿਰ ਉੱਥੇ ਜਾ ਕੇ ਆਰਾਮ ਨਾਲ ਤੁਹਾਨੂੰ ਘਰੇ ਆ ਕੇ ਫਿਰ ਦੱਸੂਗਾ ਤੇ ਆਪਾਂ ਆਏ ਆਗੇ ਜੀ ਆਪਣੇ ਦਿੱਲੀ ਤੋਂ ਆਪਣੇ ਜਿਹੜੇ ਬੰਦੇ ਆਗੇ ਆ ਰਹੇ ਆ ਪਿੰਡ ਵਾਲੇ ਹੈ ਜੀ ਕੀ ਕਰ ਆਪਾਂ ਕਰਤੀ ਆ ਆਪਣੇ ਉਸਤਾਦ ਹੁਣੀ ਇਹਦੇ ਸਾਰੀ ਆਪਣੀ ਮਤਲਬ ਡਿਟੇਲ ਵੀਡੀਓ ਪਾਉਣਗੇ ਆਪਾਂ ਥੋੜੇ ਤੁਹਾਨੂੰ ਹਾਈਲਾਈਟਸ ਦਿਖਾਵਾਂਗੇ ਤੇ ਇਹਨਾਂ ਚੈਨਲ ਤੇ ਤੁਸੀਂ ਦੇਖ ਸਕਦੇ ਉੱਥੇ ਆਈ ਬਟਨ ਚਾਲੂਗੀ ਵੀਡੀਓ ਓਕੇ ਓਕੇ ਰਿਪੋਰਟ ਆ ਤੇ ਆਪਾਂ ਹੁਣ ਸਮਝ ਲਓ ਸਾਰੇ ਜਣੇ ਇਕੱਠੇ ਹੋ ਗਏ ਉਰੇ ਤੇ ਹੁਣ ਆਪਾਂ ਮਤਲਬ ਧਲੇਰ ਪਿੰਡ ਜਾਵਾਂਗੇ ਤੇ ਉੱਥੋਂ ਆਪਣੇ ਮਤਲਬ ਜਿਹੜੇ ਆਪਣੇ ਪਿੰਡ ਦੇ ਬੰਦੇ ਨੇਗੇ ਸਾਰਿਆਂ ਨੂੰ ਬਿਠਾ ਕੇ ਲੈ ਕੇ ਆਵਾਂਗੇ ਟਰੈਕਟਰ ਤੇ ਜਾਣਾ अपने सारे ट्रैक्टर खड़े तुम दिखा एक बार ये अपने खड़ा गा इधर मूहरे एक अर्जन खड़ा गा सारे ट्रैक्टर तुम दिखाने अपने खड़ा क्या मेरे चाचे चाचे कह रहा ये दो ही लाइटा ने सिर्फ उत्ते मूहरे भी एक खड़ा गा चलो 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 Thank you.
आप गुरुद्वारे पहुंच गए हैं पिंड उत्तों की गेड़ा ला के देख लो तुम सारे अपने स्वागत च खड़े आगे चेक कर मतलब कि तुम देख सकते हो अपना वेरी साहब गुरुद्वारा उधर साडे पिंड वाले का फोटो शूट हो रहे हैं चेक कर देख सकते किसान मजदूर एकता ਵਲੋਗ ਜੀ ਆਪਾਂ ਉਰੀ ਖਤਮ ਕਰਦੇ ਹਾਂ ਉਮੀਦ ਆ ਤੁਹਾਨੂੰ ਵਲੋਗ ਪਸੰਦ ਆਇਆ ਹੋਊਗਾ ਤੇ ਰਾਤ ਮੈਂ ਆ ਕੇ ਸੌਂ ਗਿਆ ਸੀਗਾ ਤੇ ਮੈਂ ਹੁਣ ਵਲੋਗ ਦੀ ਐਂਡਿੰਗ ਕਰ ਰਿਹਾ ਹੈਗਾ ਤੇ ਹਜੇ ਤਾਂ ਮੈਂ ਥੰਬਨੇਲ ਵੀ ਲੈਣਾ ਗਾ ਸਾਰੇ ਟਰੈਕਟਰ ਲਾਈਨ 'ਚ ਲਾ ਕੇ ਇੱਥੇ ਥੰਬਨੇਲ ਲਊਂਗਾ ਤੇ ਫਿਰ ਉਹ ਥੰਬਨੇਲ ਲਾਵਾਂਗੇ ਤੇ ਹਜੇ ਕੰਮ ਪੱਕੀ ਇਸ ਕਰਕੇ ਮੈਂ ਛੇਤੀ ਦੀ ਐਡੀਟਿੰਗ ਕੰਪਲੀਟ ਕਰਕੇ ਤੇ ਅਪਲੋਡ 'ਤੇ ਲਾ ਦਾਂ ਫਿਰ ਉਸ ਤੋਂ ਬਾਅਦ ਮੈਂ ਥੰਬਨੇਲ ਲੈ ਲਾਂ ਅਤੇ ਥੰਬਨੇਲ ਲਾ ਦਾਂ ਅਤੇ ਚਲੋ ਨਵੇਂ ਵਲੋਗ ਦੇ ਵਿੱਚ ਮਿਲਦਾ ਜਲਦੀ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ जल्दी अपने 15K भी कंप्लीट कर दो सिर्फ एक ही बाकी रह गए 14K तो होने वाले ही ने गे तो बाकी मिल जाएगी नवी वीडियो के ओके बाय।